ਇਸ ਜੁਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ। 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 ਜੇ ਹਉ ਮੈਂ ਮੇਟ ਸਮਾਏ, ਇਸ ਜੁਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ। ਇਸ ਜੁਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ। ਜੇ ਹਉ ਮੈਂ ਮੇਟ ਸਮਾਏ, ਇਸ ਜੁਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ। ਇਸ ਜੁਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ। ਬ੍ਰਹਮ ਬਿੰਦੇ ਸੋ ਬ੍ਰਹਮਨ ਕਹੀਐ, ਬ੍ਰਹਮ ਬਿੰਦੇ ਸੋ ਬ੍ਰਹਮਨ ਕਹੀਐ। ਜੇ ਅਨ ਦਿਨ ਹਰ ਲਿਵਲਾਏ, ਇਸ ਜੁਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ। ਇਸ ਜੁਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ। ਜੇ ਹਉ ਮੈਂ ਮੇਟ ਸਮਾਏ, ਹਉ ਮੈਂ ਇਸ ਜੁਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ। ਇਸ ਜੁਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ।
ਸਤਿਗੁਰ ਪੁੱਛੈ ਸੱਚ ਸੰਜਮ ਕਮਾਵੈ। ਸਤਿਗੁਰ ਪੁੱਛੈ ਸੱਚ ਸੰਜਮ ਕਮਾਵੈ, ਹਉ ਮੈਂ ਰੋਗ ਤਿਸ ਜਾਏ। ਇਸ ਯੁੱਗ ਮੈਂ ਕੋ
ਜਿਸ ਜੁਗ ਮੈਂ ਉਹ ਬਿਲਾ ਬ੍ਰਹਮ ਗਿਆਨੀ 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 ਵਿਰਲਾ ਬ੍ਰਹਮ ਗਿਆਨੀ ਅਖਵਾਉਣ ਵਾਲੇ ਬੜੇ ਨੇ ਹਰ ਇੱਕ ਬੰਦਾ ਆਪਣਾ 108 ਬ੍ਰਹਮ ਗਿਆਨੀ ਲਵਾਈ ਫਿਰਦਾ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵਿਰਲੇ ਆ ਭਾਈ ਜਿਹੜੇ ਹੁਮ ਹੈ ਮੇਟ ਕੇ ਉਹਦੇ ਵਿੱਚ ਭੇਦ ਹੋ ਜਾਂਦੇ ਹਰ ਗੁਣ ਗਾਵੇ ਅਤੇ ਗੁਣ ਸੰਗ੍ਰਹਿ ਜਿਹੜਾ ਧਰਮ ਹੈ ਨਾ ਸ਼ੁਭ ਗੁਣਾਂ ਦੇ ਸੰਗ੍ਰਹਿ ਨੂੰ ਹੀ ਧਰਮ ਕਹਿੰਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮਾਂ ਦੇ ਸੰਗ੍ਰਹਿ ਨੂੰ ਧਰਮ ਕਹਿੰਦੇ ਅਤੇ ਜਿਹੜਾ ਇਹਨਾਂ ਗੁਣਾਂ ਦੇ ਸੰਗ੍ਰਹਿ ਦੇ ਇਕੱਠੇ ਕਰਕੇ ਉਹਦੇ ਮੁਤਾਬਕ ਆਪਣਾ ਜੀਵਨ ਢਾਲ ਲੈਂਦਾ ਹੈ ਦਇਆ ਨਿਮਰਤਾ ਸੰਤੋਖ ਤਿਆਗ ਭਾਵਨਾ ਤ੍ਰਿਸ਼ਨਾ ਤੋਂ ਮੁਕਤ ਹੋਣਾ ਪ੍ਰੇਮ ਦੀ ਭਾਵਨਾ ਦੇ ਵਿੱਚ ਭਿੱਜ ਜਾਣਾ ਪਰ ਕਾ ਬੁਰਾ ਨਾ ਮਨ ਦੇ ਵਿੱਚ ਰੱਖਣਾ ਇੱਥੋਂ ਤੱਕ ਹਿੰਦੂ ਮੁਸਲਮਾਨ ਸਿੱਖ ਈਸਾਈ ਦੀ ਦੀਵਾਰ ਵੀ ਤੋੜ ਦੇਣੀ ਇਹ ਤੋਂ ਅੱਗੇ ਨਿਕਲ ਜਾਣਾ ਹਰ ਇੱਕ ਦੇ ਵਿੱਚ ਪਰਮੇਸ਼ੁਰ ਨਜ਼ਰ ਆਉਣਾ ਇਹੋ ਜਿਹੇ ਸ਼ੁਭ ਗੁਣਾਂ ਨੂੰ ਧਰਮ ਕਹਿੰਦੇ ਆ ਜਿਹਦੇ ਵਿੱਚ ਆ ਜਾਣ ਜਿਹਦੀ ਇਹ ਵਸਾ ਬਣ ਜੇ ਉਹਨੂੰ ਧਰਮ ਹੀ ਕਹਿੰਦੇ ਆ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਆ ਜਿਸ ਦੇ ਕੋਲ ਇਹ ਸਾਰੇ ਗੁਣ ਹੈਗੇ ਆ ਸਾਰੇ ਗੁਣਾਂ ਦਾ ਖਜ਼ਾਨਾ ਹੈ ਜਿਹੜੇ ਪਰਮੇਸ਼ੁਰ ਦੇ ਵਿੱਚ ਹੁਮ ਹੈ ਮੇਟ ਕੇ ਉਹਦੇ ਵਿੱਚ ਭੇਦ ਹੋ ਗਏ ਇਸ ਯੁੱਗ ਮੈਂ ਕੋਈ ਵਿਰਲਾ ਬ੍ਰਹਮ ਗਿਆਨੀ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਕੋਈ ਵਿਰਲਾ ਬ੍ਰਹਮ ਗਿਆਨੀ ਹੈਗਾ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਬ੍ਰਹਮ ਗਿਆਨੀਆਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਸਮਰੱਥਾ ਬਖਸ਼ਣ ਕਿਣਕਾ ਸਾਡੇ ਹਿਰਦੇ ਵਿੱਚ ਵੀ ਵੱਸ ਕੇ ਸਾਡਾ ਲੋਕ ਸੁਖੀ ਆ ਪਰਲੋਕ ਸੁਹੇਲਾ ਹੋਵੇ ਜੀ ਆਓ ਸਮਾਪਤੀ ਕਰਦੇ ਹਾਂ ਅਨੰਦ ਸਾਹਿਬ ਪੜ੍ਹੀਏ ਆਓ ਸਾਰੇ ਮਿਲ ਕੇ ਅਨੰਦ ਸਾਹਿਬ ਪੜ੍ਹ ਕੇ ਉਪਰੰਤ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਤੋਂ ਬਾਅਦ 'ਚ ਹੁਕਮਨਾਮਾ ਸੁਣ ਕੇ ਅਤੇ ਫਿਰ ਘਰਾਂ ਨੂੰ ਜਾਣਾ ਸਾਰੇ ਮਿਲ ਕੇ ਜਪੋ ਜੀ ਰਾਮ ਕਲੀ